ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਮਾਲਪੁਰ ਸ਼ਹਿਰ ਦੇ ਵਿੱਚ ਮੁੱਖ ਚੌਂਕ ਉੱਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਚਾਵਲਾ ਕਲਾਥ ਹਾਊਸ ਦੀ ਦੁਕਾਨ ਦੇ ਬੋਰਡ ਤੇ 12 ਰਾਉਂਡ ਫਾਇਰ ਕਰਕੇ 5 ਕਰੋੜ ਦੀ ਫਰੋਤੀ ਮੰਗਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਹਰਜੋਤ ਚਾਵਲਾ ਪੁੱਤਰ ਇੰਦਰਜੀਤ ਸਿੰਘ ਚਾਵਲਾ ਜਦੋਂ ਦੁਕਾਨ ਤੇ ਮੌਜੂਦ ਸੀ ਤਾਂ ਤਿੰਨ ਨਕਾਬਪੋਸ਼ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਦੁਕਾਨ ਤੇ ਪਹੁੰਚਦੇ ਹਨ ਤੇ ਦੁਕਾਨ ਦੇ ਬੋਰਡ ਤੇ 12 ਰਾਉਂਡ ਫਾਇਰ ਕਰਦੇ ਹਨ। ਇਸ ਉਪਰੰਤ ਇੱਕ ਵਿਅਕਤੀ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਇੱਕ ਚਿੱਟ ਦੇ ਕੇ 5 ਕਰੋੜ ਦੀ ਫਰੋਤੀ ਸੌਰਵ ਕੌਸ਼ਲ ਚੌਧਰੀ ਗਰੁੱਪ ਵੱਲੋਂ ਮੰਗ ਕੀਤੀ ਗਈ। 5 ਕਰੋੜ ਫਰੋਤੀ ਵਾਲੀ ਸਲਿੱਪ ਦੁਕਾਨ ਦੇ ਕਾਊਂਟਰ ਤੇ ਰੱਖ ਕੇ ਹਮਲਾਵਰ ਫਰਾਰ ਹੋ ਗਏ। ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲੈਣ ਦੇ ਲਈ ਥਾਣਾ ਮਾਲਪੁਰ ਦੇ SHO ਰਮਨ ਕੁਮਾਰ ਅਤੇ ਥਾਣਾ ਗੜਸ਼ੰਕਰ ਦੇ SHO ਬਲਜਿੰਦਰ ਸਿੰਘ ਮੱਲੀ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਿੱਚ ਵਪਾਰੀ ਵਰਗ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਦੁਕਾਨਦਾਰਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ SHO ਮਾਲਪੁਰ ਰਮਨ ਕੁਮਾਰ ਨੇ ਦੱਸਿਆ ਕਿ CCTV ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਮਾਲਪੁਰ ਤੋਂ ਪੰਜਾਬ TV ਪ੍ਰਾਈਮ ਦੇ ਲਈ ਬਿੱਟੂ ਚੌਹਾਨ ਦੀ ਰਿਪੋਰਟ। ਫਾਇਰਿੰਗ ਕਰਨ ਤੋਂ ਬਾਅਦ ਪਰਚੀ ਦਿੱਤੀ ਤੁਹਾਨੂੰ? ਬਾਅਦ ਪਰਚੀ ਆ ਕੇ ਫੜਾਈ। ਉਹਨਾਂ ਨੇ ਕੋਈ ਮੈਸੇਜ ਦਿੱਤਾ ਹੋਵੇ ਤੁਹਾਨੂੰ? ਮੈਸੇਜ ਕੋਈ ਨਹੀਂ, ਤਾਂ ਮੈਂ ਪਰਚੀ ਫੜਾ ਕੇ ਨਾਲੇ ਚਲੇ ਗਿਆ। ਤੁਹਾਡੇ ਹਿਸਾਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ? ਮੇਰੇ ਹਿਸਾਬ ਨਾਲ 10-12 ਤਾਂ ਹੋ ਹੀ ਗਏ ਜੀ। 10-12 ਟੋਟਲ ਇੱਕ ਰਿਵੋਲਵਰ ਵਿੱਚੋਂ ਹੀ ਇੰਨੇ ਫਾਇਰ ਹੋਏ? ਤਿੰਨ ਰਿਵੋਲਵਰ ਚਲੇ। ਠੀਕ ਹੈ ਜੀ, ਤੇ ਹੋਰ ਕੋਈ ਨੁਕਸਾਨ? ਨੁਕਸਾਨ ਤਾਂ ਕੁਝ ਬਸ ਸਾਹਮਣੇ ਬੋਰਡ ਤੇ ਮਾਰੀਆਂ ਜੀ ਗੋਲੀਆਂ। ਬੋਰਡ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ? ਕੋਈ ਅੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ। ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ? ਨਹੀਂ, ਕੋਈ ਗੱਲਬਾਤ ਜੀ। ਇਹ ਸਵੇਰੇ ਕਿੰਨੇ ਵਜੇ ਦਾ ਵਾਕਿਆ ਜੀ? ਕਿਹੜੇ ਮੋਟਰਸਾਈਕਲ ਸੀਗੇ? ਸਪਲੈਂਡਰ ਮੋਟਰਸਾਈਕਲ। ਕਿੱਧਰੋਂ ਆਏ ਸੀਗੇ ਜੀ? ਆਏ ਤਾਂ ਪਤਾ ਨਹੀਂ, ਇੱਥੇ ਨੂੰ ਸਿੱਧੀ ਆਈ ਹੈ, ਇੱਥੇ ਨੂੰ ਸਿੱਧੀ ਚੱਲੇ ਜੀ। ਕਿੱਦਾਂ ਦੇ ਸੀਗੇ ਦੇਖਣ ਨੂੰ? ਦੇਖਣ ਤੋਂ ਹਾਈਟ ਸੀਗੇ ਜਿੱਦਾਂ 27-28 ਸਾਲ ਦੇ ਮੁੰਡੇ ਸੀਗੇ। ਕੀ ਉਹਨਾਂ ਮੂੰਹ ਟਕੇ ਹੋਏ ਸੀ? ਮੂੰਹ ਮਫਰ ਨਾਲ ਟਕੇ ਹੋਏ ਸੀ ਕੰਨਾਂ ਦੇ। ਕੱਪੜੇ ਕਿੱਦਾਂ ਦੇ ਪਾਏ ਸੀ? ਕੱਪੜੇ ਜਿੱਦਾਂ ਉਹਨੇ ਜੀਨ ਦੀ ਪੈਂਟ ਪਾਈ ਸੀਗੀ, ਉੱਪਰ ਜੈਕਟ ਪਾਈ ਸੀ। ਆਈਡੀਆ ਜਾਂ ਕਿੰਨੀ ਉਮਰ ਦੇ ਹੋਣਗੇ? ਆਈਡੀਆ ਨਹੀਂ ਕਿ ਹੋਣੀ, 27-28 ਸਾਲ ਦੇ ਹੋਣੇ ਮੁੰਡੇ। ਸਰ, ਅੱਜ ਮਾਲਪੁਰ ਮੇਨ ਚੌਂਕ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲੌਥ ਹਾਊਸ 'ਤੇ, ਬੜੀ ਮੰਦਭਾਗੀ ਘਟਨਾ ਆ। ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ, ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ, SSP ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਹਮਲਾਵਰ ਆ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ। ਹਜੇ ਮੌਕਾ ਦੇਖਦੇ ਪਏ ਹਾਂ ਜੀ, ਹਜੇ ਤਾਂ ਕੈਮਰੇ ਕੁਮਰੇ ਚੈੱਕ ਕਰਦੇ ਪਏ ਹਾਂ। ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਅਤੇ ਚੌਂਕ 'ਚ ਸਾਡਾ ਡਿਊਟੀ 'ਤੇ ਮੁੰਡਾ ਹੋਇਆ ਇੱਕ ਖੜਾ, ਉਹਨੇ ਦੱਸਿਆ ਹੈ ਇੰਨੇ ਕੁ ਹੋਏ ਆ, 12 ਕੁ ਹੋਏ ਆ। ਅੱਗੇ CCTV ਚੈੱਕ ਕਰ ਰਹੇ ਹਾਂ ਹਜੇ, ਉਹ ਤੋਂ ਫਿਰ ਜੋ ਮਿਲਦਾ ਕਲੂ ਉਸ ਮੁਤਾਬਕ ਕਰਾਂਗੇ ਕਾਰਵਾਈ। ਇਹਨਾਂ ਦੇ ਕੈਮਰੇ ਖਰਾਬ ਆ ਥੋੜ੍ਹੇ, ਉਹ ਚੈੱਕ ਕਰਦੇ ਪਏ ਆਸ ਪਾਸ ਦੇ। ਹਾਂਜੀ ਹਾਂਜੀ, ਕੋਸ਼ਿਸ਼ ਪੂਰੀ ਆ ਫੜੇ ਜਾਣੇ।